ਇਸ ਵੇਲੇ ਦੀ ਖਬਰ ਤੁਹਾਡੇ ਨਾਲ ਵੱਡੀ ਸਾਂਝੀ ਕਰ ਰਿਹਾ। ਤਸਵੀਰਾਂ ਵੇਖ ਸਕਦੇ ਹੋ, ਹਾਦਸੇ ਦੀਆਂ ਤਸਵੀਰਾਂ ਨੇ। ਹਾਦਸਾ ਅੰਮ੍ਰਿਤਸਰ ਦੇ ਫਲਾਈਓਵਰ ਦੇ ਉੱਤੇ ਹੋਇਆ। ਦੇਰ ਰਾਤ ਅੰਮ੍ਰਿਤਸਰ ਦੇ ਫਲਾਈਓਵਰ ਦੇ ਉੱਤੇ ਇੱਕ ਹਾਦਸਾ ਹੋਇਆ। ਸੜਕ ਦੇ ਉੱਤੇ ਕਾਰ ਤੇ ਬਾਈਕ ਸਵਾਰ ਦੀ ਬਹੁਤ ਹੀ ਜ਼ਬਰਦਸਤ ਟੱਕਰ ਹੋਈ ਹੈ। ਜੀ ਹਾਂ, ਇਹ ਭਿਆਨਕ ਟੱਕਰ ਦੀਆਂ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ, ਜੋ ਕਿ ਲਾਈਵ ਭਾਰਤ ਦੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਤੁਸੀਂ ਹਾਲਾਤ ਦੇਖ ਸਕਦੇ ਹੋ ਗੱਡੀ ਦੇ, ਜਿਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਜਿਹੜਾ ਹੈ ਕਿੰਨਾ ਜ਼ਬਰਦਸਤ ਹੋਇਆ। ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ, ਬਾਈਕ ਸਵਾਰ ਆਪਣੇ ਕਿਸੇ ਰਿਸ਼ਤੇਦਾਰ ਦਾ ਹਾਲ ਪਤਾ ਲੈ ਕੇ ਹਸਪਤਾਲ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ, ਜਿਸ ਟਾਈਮ ਇਹ ਹਾਦਸਾ ਹੋਇਆ। ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਨਾਲ ਟਕਰਾ ਜਾਂਦਾ ਹੈ ਮੋਟਰਸਾਈਕਲ। ਫਿਲਹਾਲ ਦੱਸ ਦਈਏ ਕਿ ਬਾਈਕ ਸਵਾਰ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਵੱਲੋਂ ਮਦਦ ਕੀਤੀ ਗਈ ਹੈ। ਜ਼ਖਮੀ ਬਾਈਕ ਸਵਾਰ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ, ਜਿਨ੍ਹਾਂ ਵੱਲੋਂ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਫਿਲਹਾਲ ਇਹ ਵੀ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਕਿ ਰਾਤ ਦੇ ਟਾਈਮ ਖਾਲੀ ਸੜਕਾਂ ਵੇਖ ਕੇ ਕਦੀ ਵੀ ਜ਼ਿਆਦਾ ਸਪੀਡ 'ਚ ਆਪਣੇ ਵਾਹਨ ਨਾ ਚਲਾਓ, ਕਿਉਂਕਿ ਜੋ ਹਾਦਸਾ ਹੈ ਕਦੀ ਵੀ ਕਿਸੇ ਵੇਲੇ ਵੀ ਹੋ ਸਕਦਾ ਹੈ। ਪਰ ਜੇਕਰ ਕਿਸੇ ਇਨਸਾਨ ਦੀ ਜਾਨ ਚਲੀ ਜਾਵੇ ਤਾਂ ਉਸਦੇ ਪਰਿਵਾਰ ਨੂੰ ਸਾਰੀ ਉਮਰ ਹੀ ਰੋਣਾ ਪੈ ਜਾਂਦਾ ਹੈ। ਸੋ ਆਪਣਾ ਤੇ ਆਪਣਿਆਂ ਦਾ ਧਿਆਨ ਰੱਖੋ, ਜ਼ਿਆਦਾ ਸਪੀਡ ਦੇ ਵਿੱਚ ਵਾਹਨ ਨਾ ਚਲਾਓ, ਕਿਉਂਕਿ ਅਜਿਹੀਆਂ ਤਸਵੀਰਾਂ ਵੀ ਵੱਧਦੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ, ਤੁਸੀਂ ਵੇਖ ਸਕਦੇ ਕਿਸ ਤਰੀਕੇ ਦਾ ਜ਼ਬਰਦਸਤ ਟੱਕਰ ਤੋਂ ਬਾਅਦ ਗੱਡੀ ਦੇ ਕੀ ਹਾਲਾਤ ਹੋ ਗਏ ਨੇ। ਗੱਡੀ ਪੂਰੀ ਤਰ੍ਹਾਂ ਅੱਗਿਓਂ ਮੁੱਕ ਚੁੱਕੀ ਹੈ। ਹਾਲਾਂਕਿ ਬਾਈਕ ਸਵਾਰ ਦੀ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ, ਜਿਸ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਲਈ ਪਹੁੰਚਾਇਆ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ। ਮਹਾਰਾਜ, ਮੈਂ ਗੱਡੀ ਆਪਣੀ ਥੱਲਿਓਂ ਫਲਾਈਓਵਰ ਤੋਂ ਉੱਪਰ ਚੜ੍ਹਾਈ ਹੈ, ਸਕੂਟਰੀ ਮੋਪਟ, ਅਤੇ ਗੱਡੀ ਇੱਧਰੋਂ ਆ ਰਹੀ ਹੈ, ਮੋਟਰਸਾਈਕਲ ਵੀ ਪੁਤਲੀ ਘਰ ਤੋਂ ਆ ਰਿਹਾ ਵਾ। ਗੱਡੀ ਭਾਅ ਜੀ ਆ ਬਲੀਨੋ ਆ, ਵਾਈਟ ਕਲਰ ਦੀ ਬਲੀਨੋ ਹੀ ਹੈ ਨਾ, ਗਲੈਂਜੋ। ਹਾਂਜੀ, ਗਲੈਂਜੋ ਗੱਡੀ ਆ ਭਾਅ ਜੀ। ਇੱਕ ਗੱਡੀ ਯਾਰ ਤੋਂ ਅੱਗੇ ਵਾਈਟ ਕਲਰ ਦੀ ਜਾ ਰਹੀ, ਉਹ ਗੱਡੀ ਮੈਂ ਵੇਖੀ ਨਹੀਂ ਹੈ ਕਿਹੜੀ ਆ। ਠੀਕ ਜੇ, ਇੱਥੇ ਗੱਡੀਆਂ ਦੇ ਵਿੱਚ ਦੋਨਾਂ ਦੇ ਸੈਂਟਰ ਦੇ ਵਿੱਚ ਮੋਟਰਸਾਈਕਲ ਸੀ। ਉਹ ਗੱਡੀ ਵਾਲਾ ਵਿਚਾਰਾ ਤੇਜ਼ ਹੀ, ਉਹਦੇ ਕੋਲ ਨਹੀਂ ਕਰੋਸ ਹੋਈ ਗੱਡੀ, ਉਹ ਡੋਲ ਗਿਆ, ਗੱਡੀ ਵਿੱਚ ਵੱਜ ਗਈ ਆ ਉਹ। ਹਾਂਜੀ ਭਾਅ ਜੀ, ਗੱਡੀ ਇੱਕਦਮ ਤੇਜ਼ ਵੱਜੀ ਹੈ ਨਾ, ਉਹਦੇ ਕੋਲ ਇੱਕਦਮ ਨਹੀਂ ਸਲੋ ਬ੍ਰੇਕ ਵੱਜੀ ਗੱਡੀ ਵਾਲੇ ਕੋਲ ਜਦੋਂ ਵੱਜੀ ਆ। ਸਾਡੀ ਖੁਦ ਦੀ ਗੱਡੀ ਉੱਥੇ, ਮੇਰੀ ਦੀ ਬ੍ਰੇਕ ਪਿੱਛੇ ਦੀ ਪਿੱਛੇ ਵੱਜ ਗਈ ਸਕੂਟਰੀ ਦੀ, ਆਈ ਖੁਦ ਡਰ ਜੇ। ਉਹਦੇ ਸੱਟਾਂ ਲੱਗੀਆਂ ਵਾ, ਇਹ ਬੁਰਾ ਵਾਲੇ ਆ ਉਹ, ਪਰ ਘਰ ਵਾਲੇ ਕਹਿ ਰਹੇ ਆ ਜਿੰਨਾ ਕੋਲ ਗੱਡੀ ਵੱਜੀ ਆ ਜੀ, ਅਸੀਂ ਜਿੱਥੋਂ ਤੱਕ ਹੋਏਗਾ ਅਸੀਂ ਇਲਾਜ ਕਰਾਵਾਂਗੇ। ਗੱਡੀ ਵਾਲੇ ਬੰਦੇ ਇੱਥੇ ਹੀ ਆ ਮਹਾਰਾਜ। ਆਪਣਾ ਜੀ ਹਰਕੀਰਤ ਸਿੰਘ ਜੀ, ਅਸੀਂ ਪਿੱਛੋਂ ਆਉਂਦੇ ਹਾਂ ਜੀ ਸਰਕੂਲਰ ਰੋਡ ਤੋਂ, ਫਲਾਈਓਵਰ ਤੇ ਉੱਪਰ ਦੀ ਗੱਡੀ ਵੱਜੀ ਆ ਜੀ। ਆਪਣਾ ਮੋਟਰਸਾਈਕਲ ਦੇ ਅੱਗੇ ਗੱਡੀ ਸੀ, ਉੱਧਰੋਂ ਜਿਹੜਾ ਕੱਟ ਆਉਂਦੇ ਆ ਜੀ, ਉੱਧਰੋਂ ਇੱਕ ਉੱਧਰੋਂ ਗੱਡੀ ਆਉਂਦੀ ਸੀ ਬਹੁਤ ਤੇਜ਼, ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ। ਉੱਧਰੋਂ ਤਿੰਨ ਗੱਡੀਆਂ ਆਪਸ 'ਚ ਵੱਜੀਆਂ, ਬ੍ਰੇਕ ਨਹੀਂ ਲੱਗੀ ਜੀ, ਸਾਰੇ ਕੋਈ ਨਹੀਂ ਲੱਗੀ ਕਿ ਬ੍ਰੇਕ ਲੱਗੀ ਆ ਤੇ ਫਿਰ ਵਿੱਚ ਆ ਗਈ। ਗੱਡੀ ਦਾ ਕੋਈ ਨੁਕਸਾਨ ਆਇਆ? ਹਾਂਜੀ ਹੋਇਆ ਜੀ, ਬਹੁਤ ਨੁਕਸਾਨ ਹੋਇਆ, ਟੋਟਲ ਲਾਸ ਹੋ ਗਈ ਜੀ। ਟੋਟਲ ਲਾਸ ਹੋ ਗਈ, ਗੱਡੀ ਦੀ ਬ੍ਰੇਕ ਨਹੀਂ ਵੱਜੀ ਜਾਂ ਚੌਕ ਵੱਜੀ, ਕੀ ਹੋਇਆ? ਚੌਕ ਤੇ ਕੋਈ ਵੱਜੀ ਨਹੀਂ ਜੀ, ਅੱਗੋਂ ਯਕਦਮ ਗੱਡੀਆਂ ਆ ਗਈਆਂ ਤੇ ਬ੍ਰੇਕ ਉਹਨਾਂ ਕੋਲ ਨਹੀਂ ਵੱਜੀ। ਉਹ ਇੱਕਦਮ ਮੋਟਰਸਾਈਕਲ ਵਾਲਾ ਆਇਆ ਨੂੰ ਆ ਗਿਆ ਸੱਜੇ ਬੰਨੇ ਨੂੰ ਤੇ ਬ੍ਰੇਕ ਤੇ ਇਹਨਾਂ ਕੋਲ ਨਹੀਂ ਵੱਜੀ। ਮੇਰਾ ਨਾਮ ਬਲਵੀਰ ਕੌਰ। ਹਾਂਜੀ, ਕੀ ਹੋਇਆ, ਕੀ ਤੁਹਾਡੇ ਮੁੰਡੇ ਨੂੰ? ਅਸੀਂ ਹੋਸਪਿਟਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ, ਤੇ ਬਸ ਆਉਂਦੇ ਸ਼ਾਮ ਦਾ ਗਿਆ ਵਾ, ਹੁਣ ਆਉਣ ਡਿਆ ਸੀ ਤੇ ਮੈਨੂੰ ਘਰੋਂ ਫੋਨ ਆਇਆ ਮਹੱਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ। ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਵਾ, ਮੈਂ ਵੇਖ ਕੇ ਤੇ ਫਿਰ ਕੋਈ ਗੱਲ ਕਰਾਂਗੀ ਇਹਨਾਂ ਨਾਲ। ਇਹ ਰਾਮਤਲਾ ਹੀ ਪੁਲ ਦੇ ਉੱਤੇ ਵੀ ਜਗ੍ਹਾ ਦਾ ਨਹੀਂ, ਹੋਸਪਿਟਲ ਦਾ ਮੈਨੂੰ ਪਤਾ ਵਾ, ਕਚਹਿਰੀ ਵੱਲ, ਕਚਹਿਰੀ ਵੱਲ ਹੈਗਾ ਸੀ। ਹਾਂਜੀ, ਜੋਗਾ ਸਿੰਘ ਉਹਦਾ ਨਾਂ ਆ। ਅਸੀਂ ਹੈਗੇ ਹਾਂ ਆਪਣਾ ਨਿਊ ਜਨਤਾ ਕਲੋਨੀ ਦੇ ਸੁਲਤਾਨ ਪਿੰਡ ਦੇ। ਇੱਥੇ ਇੱਕ ਟੋਇਟਾ ਵਾਲਿਆਂ ਗੱਡੀ ਆ ਗਲੈਂਜਾ, ਜਿਹਦਾ ਨੰਬਰ ਆ PB02EK9400। ਇਹ ਹਾਈਵੇ ਰੋਡ 'ਤੇ ਜਾ ਰਹੇ ਸੀਗੇ, ਅੱਗੇ ਦੱਸ ਰਿਹਾ ਕਿ ਕਾਫੀ ਗੱਡੀਆਂ, ਤਿੰਨ ਜਣੀਆਂ ਹੋਰ ਵੀ ਆ ਰਹੀਆਂ ਸੀ।
ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ, ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ। ਦੋ ਬੰਦੇ ਜ਼ਖਮੀ ਹੋ ਗਏ ਆ, ਉਹਨਾਂ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ। ਬਾਕੀ ਅਸੀਂ ਡਿਊਟੀ ਅਫਸਰ ਨੂੰ, SHO ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ। ਹਾਂਜੀ, ਗਲਤੀ ਕਹਿ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ। ਜਿਹੜਾ ਆਹ ਜਿਹੜੀ ਆ ਗੱਡੀ ਆ ਗਲੈਂਜਾ, ਜਿਹਦਾ ਨੰਬਰ ਆ PV02EK9400, ਇਹ ਗੱਡੀ ਚਲਾ ਰਿਹਾ ਸੀ ਮੁੰਡਾ ਹਰਕੀਤ, ਸਨ ਆਫ ਗੁਰਿੰਦਰ ਸਿੰਘ। ਇਹ ਸਾਡੇ ਕੋਲ ਹੀ ਖੜ੍ਹੇ ਆ, ਇਹਨਾਂ ਨੇ ਦੱਸ ਰਿਹਾ ਕਿ ਬੜੇ ਭਲਾਈ ਦਾ ਕੰਮ ਕੀਤਾ। ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨਾਂ ਨੂੰ ਸਗੋਂ ਖੁਦ ਪਾਣੀ ਪੂਣੀ ਪਿਲਾਇਆ ਅਤੇ ਨਾਲ ਲੈ ਕੇ ਜਾ ਕੇ ਅਤੇ ਉਹਨਾਂ ਨੂੰ ਗੁਰਨਾਨਕ ਹਸਪਤਾਲ ਪਹੁੰਚਾ ਦਿੱਤਾ ਵਾ। ਫਿਰ ਵੀ ਅਸੀਂ ਦੇਖਭਾਲ ਕਰਾਂਗੇ, ਜਿਹੜਾ ਬੰਦਾ ਦੋਸ਼ੀ ਪਾਇਆ ਜਾਵੇਗਾ ਜਿਹਦੀ ਕਾਨੂੰਨੀ ਕਾਰਵਾਈ ਬਣਦੀ, ਜਿਹਦੇ ਖਿਲਾਫ਼ ਉਹਦੇ ਕੀਤੀ ਜਾਵੇ।